ਬਿਲਕੁਲ ਜੀ, ਇਹ ਦੋ ਅੰਡੇ ਹਨ, ਇੱਕ ਉਬਲਿਆ ਹੋਇਆ ਅਤੇ ਇੱਕ ਬਿਨਾਂ ਉਬਲਿਆ ਹੋਇਆ। ਨਮਸਕਾਰ, ਅੱਜ ਦੇ ਵੀਡੀਓ ਦੇ ਵਿੱਚ ਅਸੀਂ ਇਹੀ ਪਹਿਚਾਣ ਕਰਾਂਗੇ ਕਿ ਇਹਨਾਂ ਦੋਨਾਂ ਅੰਡਿਆਂ ਨੂੰ ਬਿਨਾਂ ਤੋੜਿਆਂ ਕਿੱਦਾਂ ਪਹਿਚਾਣ ਕਰੀਏ ਕਿ ਕਿਹੜਾ ਉਬਲਿਆ ਹੋਇਆ ਅਤੇ ਕਿਹੜਾ ਉਬਲਿਆ ਹੋਇਆ ਨਹੀਂ ਹੈ। ਬਿਨਾਂ ਉਬਲੇ ਹੋਏ ਅਤੇ ਉਬਲੇ ਹੋਏ ਅੰਡੇ ਦੀ ਪਹਿਚਾਣ ਕਰਨ ਲਈ ਅਸੀਂ ਇਹਨਾਂ ਦੋਨੋਂ ਅੰਡਿਆਂ ਨੂੰ ਫਰਸ਼ ਦੇ ਉੱਤੇ ਰੱਖ ਦੇਵਾਂਗੇ ਅਤੇ ਵਾਰੋ ਵਾਰੀ ਘੁਮਾਵਾਂਗੇ। ਤੁਸੀਂ ਵੀ ਇਹਨਾਂ ਦੇ ਘੁੰਮਣ ਦੀ ਗਤੀ ਨੂੰ ਧਿਆਨ ਨਾਲ ਨੋਟ ਕਰਨਾ ਹੈ। ਇਹ ਇੱਕ ਅੰਡੇ ਦੀ ਗਤੀ ਹੈ, ਇਹ ਦੂਸਰੇ ਅੰਡੇ ਦੀ ਗਤੀ ਹੈ। ਇਹ ਅੰਤਰ ਤੁਸੀਂ ਉਦੋਂ ਸਪਸ਼ਟ ਦੇਖ ਸਕਦੇ ਹੋ ਜਦੋਂ ਅਸੀਂ ਇਹਨਾਂ ਅੰਡਿਆਂ ਨੂੰ ਇਕੱਠੇ ਹੀ ਘੁਮਾਈਏ। ਇਹ ਅੰਤਰ ਸਪਸ਼ਟ ਨਜ਼ਰ ਆ ਰਿਹਾ ਹੈ। ਇਹ ਅੰਡਾ ਤੇਜ਼ ਘੁੰਮ ਰਿਹਾ ਸੀ, ਇਹ ਦੂਸਰਾ ਅੰਡਾ ਹੌਲੀ ਘੁੰਮ ਰਿਹਾ ਸੀ। ਇਹਨਾਂ ਦੇ ਘੁੰਮਣ ਦੀ ਦਰ ਦੇ ਆਧਾਰ ਤੇ ਹੀ ਮੈਂ ਦੱਸ ਸਕਦਾ ਹਾਂ ਕਿ ਇਹ ਅੰਡਾ ਉਬਲਿਆ ਹੋਇਆ ਹੈ ਅਤੇ ਇਹ ਅੰਡਾ ਬਿਨਾਂ ਉਬਲਿਆ ਹੋਇਆ ਹੈ ਜਾਂ ਕੱਚਾ ਹੈ। ਇਸਦਾ ਕਾਰਨ ਕੀ ਹੈ? ਇਸਦਾ ਕਾਰਨ ਇਹ ਹੈ, ਜਦੋਂ ਅਸੀਂ ਅੰਡੇ ਨੂੰ ਉਬਾਲਦੇ ਹਾਂ ਤਾਂ ਇਸਦਾ ਅੰਦਰ ਦਾ ਦ੍ਰਵ ਪਦਾਰਥ ਉਬਲ ਕੇ ਸੋਲਿਡ ਬਣ ਜਾਂਦਾ ਹੈ ਅਤੇ ਜਦੋਂ ਇਸ ਨੂੰ ਅਸੀਂ ਗਤੀ ਦਿੰਦੇ ਹਾਂ ਤਾਂ ਉਹ ਅੰਡੇ ਦੇ ਕਵਚ ਦੇ ਨਾਲ ਹੀ ਗਤੀ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਇਹ ਅੰਡਾ ਜੋ ਕਿ ਕੱਚਾ ਹੈ ਜਾਂ ਬਿਨਾਂ ਉਬਲਿਆ ਹੋਇਆ ਹੈ, ਇਸ ਦੇ ਅੰਦਰ ਦਾ ਦ੍ਰਵ ਪਦਾਰਥ ਅੰਡੇ ਦੇ ਕਵਚ ਦੀ ਗਤੀ ਦਾ ਵਿਰੋਧ ਕਰਦਾ ਹੈ ਕਿਉਂਕਿ ਉਹ ਵਿਰਾਮ ਅਵਸਥਾ ਦੇ ਵਿੱਚ ਹੀ ਰਹਿਣਾ ਚਾਹੁੰਦਾ ਹੈ। ਕੱਚੇ ਅੰਡੇ ਦੇ ਅੰਦਰ ਦੇ ਦ੍ਰਵ ਨੂੰ ਕਵਚ ਦੇ ਨਾਲ ਗਤੀ ਦੇ ਵਿੱਚ ਆਉਣ ਲਈ ਵਕਤ ਲੱਗਦਾ ਹੈ। ਹੁਣ ਇਸ ਕਿਰਿਆ ਨੂੰ ਮੈਂ ਦੁਬਾਰਾ ਦੁਹਰਾਵਾਂਗਾ ਅਤੇ ਅੰਡਿਆਂ ਨੂੰ ਘੁੰਮਦੇ ਘੁੰਮਦੇ ਰੋਕ ਕੇ ਦੇਖਾਂਗਾ ਕੀ ਹੁੰਦਾ ਹੈ। ਤੁਸੀਂ ਵੀ ਇਸ ਨੂੰ ਧਿਆਨ ਨਾਲ ਨੋਟ ਕਰਨਾ ਹੈ। ਇਹ ਉਬਲਿਆ ਹੋਇਆ ਅੰਡਾ ਸੀ, ਤੁਸੀਂ ਦੇਖਿਆ ਜਦੋਂ ਮੈਂ ਇਸ ਨੂੰ ਰੋਕਿਆ ਤਾਂ ਇਹ ਇੱਕਦਮ ਹੀ ਰੁਕ ਗਿਆ। ਇਹ ਕੱਚਾ ਅੰਡਾ ਹੈ ਜਾਂ ਬਿਨਾਂ ਉਬਲਿਆ ਹੋਇਆ ਅੰਡਾ ਹੈ, ਇਸ ਨੂੰ ਵੀ ਘੁਮਾਉਂਦੇ ਹਾਂ ਅਤੇ ਰੋਕ ਕੇ ਦੇਖਦੇ ਹਾਂ। ਤੁਸੀਂ ਦੇਖਿਆ ਇਹ ਰੋਕਣ ਤੋਂ ਬਾਅਦ ਵੀ ਗਤੀ ਕਰਦਾ ਰਹਿੰਦਾ ਹੈ, ਇਸ ਦਾ ਕੀ ਕਾਰਨ ਹੈ? ਉਬਲੇ ਹੋਏ ਅੰਡੇ ਦਾ ਅੰਦਰਲਾ ਮਟੀਰੀਅਲ ਸੋਲਿਡ ਹੈ, ਜਦੋਂ ਅਸੀਂ ਇਹਨੂੰ ਰੋਕਦੇ ਹਾਂ ਤਾਂ ਇਹ ਕਵਚ ਦੇ ਨਾਲ ਹੀ ਰੁਕ ਜਾਂਦਾ ਹੈ। ਪਰ ਕੱਚੇ ਅੰਡੇ ਦਾ ਅੰਦਰਲਾ ਮਟੀਰੀਅਲ ਲਿਕੁਇਡ ਹੈ ਜਾਂ ਦ੍ਰਵ ਅਵਸਥਾ ਦੇ ਵਿੱਚ ਹੈ, ਜਦੋਂ ਅਸੀਂ ਇਸ ਨੂੰ ਰੋਕਦੇ ਹਾਂ ਤਾਂ ਕਿਉਂਕਿ ਇਹ ਗਤੀਸ਼ੀਲ ਹੋ ਚੁੱਕਾ ਹੁੰਦਾ ਹੈ ਤਾਂ ਇਹ ਗਤੀ ਦੀ ਅਵਸਥਾ ਦੇ ਵਿੱਚ ਹੀ ਰਹਿਣਾ ਚਾਹੁੰਦਾ ਹੈ ਅਤੇ ਕਵਚ ਵਿਰਾਮ ਅਵਸਥਾ ਦੇ ਵਿੱਚ ਆ ਜਾਂਦਾ ਹੈ। ਇਸ ਕਿਰਿਆ ਰਾਹੀਂ ਅਸੀਂ ਅੰਡਿਆਂ ਨੂੰ ਪਛਾਣਨਾ ਕਿ ਉਹ ਉਬਲੇ ਹਨ ਕਿ ਨਹੀਂ ਉਬਲੇ ਹਨ ਇਹ ਵੀ ਕਰ ਸਕਦੇ ਹਾਂ ਅਤੇ ਵਿਰਾਮ ਜੜਤਾ ਦਾ ਅਧਿਐਨ ਵੀ ਕਰ ਸਕਦੇ ਹਾਂ।